ਇਸ ਲਈ ਲੋੜ ਹੈ ਇੱਕ ਪਲਾਸਟਿਕ ਡਰਾਪਰ, ਸਟੀਲ ਦਾ ਪੇਚ, ਇੱਕ ਵੱਡੀ ਪਲਾਸਟਿਕ ਬੋਤਲ। ਇੱਕ ਪਲਾਸਟਿਕ ਡਰਾਪਰ ਲੈ ਕੇ ਇਸ ਨੂੰ ਰੰਗੀਨ ਟੇਪ ਦੇ 3 ਹਿੱਸਿਆਂ ਨਾਲ ਸਜਾਓ। ਸਟੀਲ ਨਟ ਲਓ ਤੇ ਇਸ ਨੂੰ ਡਰਾਪਰ ਦੇ ਵਿੱਚ ਰੱਖੋ। ਇਸ ਨਾਲ ਡਰਾਪਰ ਭਾਰੀ ਹੋ ਜਾਏਗਾ। ਇੱਕ ਰਬੜ ਬੈਂਡ ਨਾਲ ਬੰਨੋ ਤਾਂ ਕਿ ਇਹ ਗਿਰੇ ਨਾ। ਡਰਾਪਰ ਨੂੰ ਉੱਪਰੋਂ ਦਬਾ ਕੇ ਪਾਣੀ ਨਾਲ ਭਰੋ। ਹਵਾ ਕੱਢ ਕੇ ਹੋਰ ਪਾਣੀ ਭਰੋ। ਡਰਾਪਰ ਨਾ ਜ਼ਿਆਦਾ ਭਾਰਾ ਹੋਵੇ ਨਾ ਜ਼ਿਆਦਾ ਹਲਕਾ। ਇਸ ਨੂੰ ਪਾਣੀ ਦੇ ਜਾਰ ਵਿੱਚ ਰੱਖੋ। ਜੇ ਜ਼ਿਆਦਾ ਭਾਰਾ ਹੋਵੇਗਾ ਤਾਂ ਹੇਠਾਂ ਬੈਠ ਜਾਏਗਾ। ਥੋੜ੍ਹੀਆਂ ਬੂੰਦਾਂ ਪਾਣੀ ਨਿਕਾਲੋ ਅਤੇ ਫਿਰ ਚੈੱਕ ਕਰੋ। ਡਰਾਪਰ ਤੈਰਦਾ ਨਜ਼ਰ ਆਏਗਾ। ਬੋਤਲ ਦਾ ਢੱਕਣ ਕੱਸੋ। ਇੱਕ ਹੱਥ ਨਾਲ ਬੋਤਲ ਫੜ ਕੇ ਦੂਸਰੇ ਨਾਲ ਘੁੱਟੋ। ਤੁਸੀਂ ਹੈਰਾਨ ਹੋਵੋਗੇ ਕਿ ਡਰਾਪਰ ਗੋਤਾਖੋਰ ਹੇਠਾਂ ਡੁੱਬ ਜਾਏਗਾ। ਪ੍ਰੈਸ਼ਰ ਹਟਾਉਂਦੇ ਹੀ ਇਹ ਉੱਪਰ ਆ ਜਾਏਗਾ। ਤੁਸੀਂ ਪ੍ਰੈਸ਼ਰ ਨੂੰ ਇਸ ਤਰ੍ਹਾਂ ਰੱਖੋ ਕਿ ਇਹ ਡਰਾਪਰ ਤਕਰੀਬਨ ਵਿਚਾਲੇ ਰਹੇ। ਬੋਤਲ ਨੂੰ ਇਸ ਤਰ੍ਹਾਂ ਘੁੱਟੋ ਕਿ ਇਹ ਥੱਲੇ ਬੈਠ ਜਾਏ। ਤੁਹਾਨੂੰ ਡਰਾਪਰ ਵਿੱਚ ਪਾਣੀ ਜ਼ਿਆਦਾ ਨਜ਼ਰ ਆਏਗਾ। ਪ੍ਰੈਸ਼ਰ ਹਟਾਉਣ 'ਤੇ ਡਰਾਪਰ ਉੱਤੇ ਆ ਜਾਏਗਾ। ਹੁਣ ਇਸੇ ਡਰਾਪਰ ਨੂੰ ਇੱਕ ਟਿਊਬ ਲਾਈਟ ਜਿਸ ਵਿੱਚ ਪਾਣੀ ਹੋਵੇ ਰੱਖੋ। ਜਦੋਂ ਤੁਸੀਂ ਉੱਪਰ ਲੱਗੇ ਰਬੜ ਬਲਬ ਨੂੰ ਦਬਾਓਗੇ ਤਾਂ ਡਰਾਪਰ 4 ਫੁੱਟ ਹੇਠਾਂ ਜਾ ਕੇ ਡੁੱਬ ਜਾਏਗਾ। ਪ੍ਰੈਸ਼ਰ ਹਟਾਉਣ 'ਤੇ ਡਰਾਪਰ ਉੱਪਰ ਆ ਜਾਏਗਾ। ਪੁਰਾਣੀ ਟਿਊਬ ਲਾਈਟ ਅਤੇ ਪੁਰਾਣੇ ਸੀਡੀ ਬਾਕਸ ਦੀ ਮਦਦ ਨਾਲ ਤੁਸੀਂ ਇਹ ਵਿਗਿਆਨਿਕ ਚਮਤਕਾਰ ਕਰ ਸਕਦੇ ਹੋ।